आशकां दे विसले वखरे रोल हुंदे आ, जां तां बोलदे ही नहीं जां फिर स्टैंड लै जांदे आ। सिमरन, अज वाला पेपर तुहाडा किवें होया? मेरा तां बहुत वधिया होया, तुहाडा किवें होया? मेरा भी वधिया होया नाले। हाँ सच, मेरा तुहानूं कॉल कीती सीगी, तुसीं फोन नहीं चक्किया। उदों मैं पढ़दी पई सीगी। ओह सारी रात ही तां नहीं पढ़ी गए? जे दो मिनट साडे नाल प्यार दी गल कर लैंदे फिर की हो जांदा? कोई ना जी, पेपरां तों बाद गल्लां करन ते ही आ। ਤੁਸੀਂ ਨਹੀਂ ਪੜ੍ਹਦੇ ਹੁੰਦੇ ਰਾਤ ਨੂੰ? ਮੈਂ ਤਾਂ ਆਪ ਸਾਰੀ ਰਾਤ ਪੜ੍ਹਦਾ। ਤੂੰ ਦੇਖ ਲਈ ਐਤਕੀ ਮੈਂ ਤੇਰੇ ਤੋਂ ਵੱਧ ਨੰਬਰ ਲੈ ਕੇ ਪਾਸ ਹੋਊਂਗਾ। ਅੱਛਾ ਜੀ, ਐਡੀ ਗੱਲ ਆ? ਹਾਂਜੀ ਐਡੀ ਗੱਲ ਹੀ ਹੈ। ਕੋਈ ਨਾ, ਦੇਖ ਲਵਾਂਗੇ। ਦੇਖ ਲਿਓ। ਲੈ ਵੀ ਜੱਸਿਆ, ਸਿਮਰਨ ਕੋਲੇ ਫੜਤਾ ਮਾਰਤੀ ਕਿ ਤੇਥੋਂ ਵੱਧ ਨੰਬਰ ਲੈ ਕੇ ਪਾਸ ਹੋਊਂਗਾ। ਫਰਕ ਤੇ ਇਹ ਨਾ ਹੋਵੇ ਕਿ ਉਹ ਕਲਾਸ 'ਚ ਟੌਪ ਕਰ ਜੇ ਤੇ ਯਾਰਾਂ ਨੂੰ ਪੂਰੇ ਨੰਬਰ ਵੀ ਨਾ ਆਉਣ। ਹੈਲੋ, ਉਹ ਕਿਵੇਂ ਆ ਜੱਸ, ਲਾਈਏ ਫ੍ਰੀ ਫਾਇਰ ਦਾ ਮੈਚ? ਉਹ ਭਰਾਵਾ ਕਿਹੜੇ ਫ੍ਰੀ ਫਾਇਰ, ਇੱਥੇ ਤਾਂ ਮੈਨੂੰ ਆਪ ਨੂੰ ਅੱਗ ਲੱਗੀ ਪਈ ਹੈ। ਕਿਉਂ, ਕੀ ਹੋ ਗਿਆ? ਉਹ ਬਾਈ, ਮੈਂ ਤੇਰੇ ਨਾਲ ਫ੍ਰੀ ਫਾਇਰ ਦਾ ਮੈਚ ਨਹੀਂ ਲਾ ਸਕਦਾ। ਮੇਰਾ ਤਾਂ ਆਪ ਇੱਥੇ ਕਿਤਾਬਾਂ ਨਾਲ ਮੈਚ ਲੱਗ ਰਿਹਾ। ਅੱਛਾ, ਕੀ ਕਹਿੰਦੀਆਂ ਫਿਰ ਕਿਤਾਬਾਂ? ਉਹ ਕਹਿੰਦੀਆਂ ਅੱਜ ਸਾਡੀ ਯਾਦ ਕਿਵੇਂ ਆ ਗਈ, ਨਹੀਂ ਪਹਿਲਾਂ ਸਾਨੂੰ ਕਦੇ ਫਰੋਲਿਆ ਹੀ ਨਹੀਂ। ਅੱਛਾ ਬਾਈ, ਫਿਰ ਤੇਰਾ ਵਾਲਾ ਕੰਮ ਤਾਂ ਵੱਡਾ ਹੀ ਆ। ਉਹ ਫੇਲ ਤਾਂ ਤੁਸੀਂ ਕਰਾਓਗੇ ਪਤੰਦਰੋ, ਫ੍ਰੀ ਫਾਇਰ ਦਾ ਮੈਚ ਲਵਾ ਕੇ ਕਦੇ ਇੱਧਰ ਲੈ ਜਾਂਦੇ ਹੋ ਕਦੇ ਉੱਧਰ ਲੈ ਜਾਂਦੇ ਹੋ। ਹੈਲੋ ਹੈਲੋ ਹੈਲੋ, ਉਹ ਬਾਈ ਆਵਾਜ਼ ਨਹੀਂ ਆ ਰਹੀ। ਉਹ ਆਵਾਜ਼ ਤਾਂ ਮੇਰੀ ਸਿਮਰਨ ਮੂਹਰੇ ਨਹੀਂ ਨਿਕਲਣੀ, ਜੇ ਕਿਤੇ ਮੈਂ ਫੇਲ ਹੋ ਗਿਆ। ਲੈ ਵੀ, ਪੇਪਰ ਹੋ ਗਏ ਸਾਰੇ ਖਤਮ, ਹੁਣ ਰਾਤ ਨੂੰ ਆਰਾਮ ਨਾਲ ਸੌਵਾਂਗੇ, ਅਤੇ ਸਵੇਰੇ ਘਰ ਦੇ ਜਿੰਨਾ ਚਿਕਰ ਖੋਜਾਂ ਮਾਰ ਮਾਰ ਨਹੀਂ ਉਠਾਉਂਦੇ ਉਨਾ ਚਿਰ ਨਹੀਂ ਉੱਠਦੇ। ਅੱਛਾ ਜੀ, ਇੰਨਾ ਪ੍ਰੈਸ਼ਰ ਸੀ ਪੜ੍ਹਾਈ ਦਾ? ਲੈ ਹੋਰ, ਹੁਸ਼ਿਆਰ ਬੱਚਿਆਂ ਦੀ ਪ੍ਰੈਸ਼ਰ ਹੁੰਦਾ ਪੜ੍ਹਾਈ ਦਾ, ਹੋਰ ਲੈਕਾਂ ਨੂੰ ਕਾਹਦੀ ਪਰਵਾਹ। ਚੰਗਾ ਜੀ, ਮੈਂ ਚੱਲੀ ਹਾਂ, ਮੇਰੀ ਲਾਸਟ ਬੱਸ ਨਾ ਲੰਘ ਜੀ। ਉਹ ਕੋਈ ਨਾ, ਬਹਿ ਜਾ, ਜੇ ਤੇਰੀ ਬੱਸ ਲੰਘ ਗਈ ਤਾਂ ਮੈਂ ਤੈਨੂੰ ਛੱਡ ਆਉਂਗਾ। ਜੇ ਸਾਡੇ ਘਰਦਿਆਂ ਨੇ ਪੁੱਛ ਲਿਆ ਮੁੰਡਾ ਕੌਣ ਆ ਫੇਰ? ਉਹ ਫੇਰ ਕੀ, ਤੂੰ ਕਹਿ ਦੀ ਕਿ ਤੁਹਾਡਾ ਹੋਣ ਵਾਲਾ ਜਵਾਈ ਆ, ਚਾਹ ਪਾਣੀ ਪਿਓ ਇਹਨੂੰ। ਜੇ ਸਹੁਰਿਆਂ ਦਾ ਚਾਹ ਪਾਣੀ ਨਾ ਪਚਿਆ ਫੇਰ? ਉਹ ਕੋਈ ਨਾ, ਪਚਾ ਤਾਂ ਆਪੇ ਲਵਾਂਗੇ, ਤੁਸੀਂ ਇੱਕ ਵਾਰੀ ਬੁਲਾਓ ਤਾਂ ਸਹੀ। ਕੋਈ ਨਾ ਜੀ, ਬੁਲਾ ਲਵਾਂਗੇ, ਹੁਣ ਮੈਂ ਜਾਂਦੀ ਹਾਂ। ਉਹ 10 ਮਿੰਟ ਹੋਰ ਬਹਿ ਜਾ, ਅੱਜ ਲਾਸਟ ਪੇਪਰ ਆ, ਫਿਰ ਪਤਾ ਨਹੀਂ ਕਦੋਂ ਮਿਲਾਂਗੇ ਆਪਾਂ। ਕੋਈ ਨਾ ਜੀ, ਆਪਾਂ ਮਿਲ ਲਵਾਂਗੇ, ਮੈਂ ਜਿਸ ਦਿਨ ਸ਼ਹਿਰ ਆਈ ਨਾ ਉਸ ਦਿਨ ਤੁਹਾਨੂੰ ਫੋਨ ਕਰਕੇ ਆਊਂਗੀ, ਠੀਕ ਹੈ? ਚੱਲ ਠੀਕ ਹੈ ਯਾਰ। ਓਕੇ ਬਾਏ। ਓਕੇ ਬਾਏ। ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਜੀ, ਕੀ ਹਾਲ ਹੈ ਤੁਹਾਡੇ? ਸਾਡੇ ਤਾਂ ਹਾਲ ਵਧੀਆ ਜੀ, ਤੁਸੀਂ ਦੱਸੋ। ਉਹ ਸਾਡੇ ਤਾਂ ਤੁਹਾਡੇ ਬਿਨਾਂ ਕਾਹਦੇ ਹਾਲ ਨੇ ਜੀ, ਬਸ ਬੁਰਾ ਹਾਲ ਹੀ ਹੋਇਆ ਪਿਆ। ਕੋਈ ਨਾ, ਫਿਰ ਠੀਕ ਕਰ ਦਿੰਦੇ ਹਾਂ ਜੀ, ਅਸੀਂ ਅੱਜ ਸ਼ਹਿਰ ਆ ਰਹੇ ਹਾਂ। ਸੱਚੀਓ? ਫਿਰ ਛੇਤੀ ਆ ਜਾਓ ਗੇਰਾ। ਇੰਨੀ ਕਾਹਲੀ ਵੀ ਨਾ ਕਰੋ ਜੀ, ਘਰ ਦੇ ਸਾਰੇ ਕੰਮ ਨਿਬੇੜ ਕੇ ਆਊਂਗੀ, ਤੁਸੀਂ ਇੱਕ ਘੰਟੇ ਬਾਅਦ ਸ਼ਹਿਰ ਆ ਜਾਇਓ ਬਸ। ਨਾ, ਅਸੀਂ ਨਹੀਂ ਘੰਟੇ ਨੂੰ ਆਉਂਦੇ। ਕਿਉਂ ਜੀ? ਓਏ, ਅਸੀਂ ਤਾਂ ਘੰਟੇ ਤੋਂ ਪਹਿਲੀ ਆ ਜਾਵਾਂਗੇ ਜੀ, ਆ ਕੇ ਤੁਹਾਡਾ ਸਵਾਗਤ ਵੀ ਤਾਂ ਕਰਨਾ ਹੈ। ਓ ਅੱਛਾ ਜੀ, ਫਿਰ ਤਾਂ ਸਾਡੇ ਸਵਾਗਤ ਲਈ ਫੁੱਲਾਂ ਦਾ ਹਾਰ ਹੀ ਲਿਆਇਓ। ਉਹ ਤੁਸੀਂ ਹਾਰ ਛੱਡੋ ਜੀ, ਅਸੀਂ ਤਾਂ ਢੋਲ ਵਾਲੇ ਨੂੰ ਵੀ ਨਾਲ ਹੀ ਲਿਆਵਾਂਗੇ। ਅੱਛਾ ਜੀ, ਇੱਕ ਗੱਲ ਤਾਂ ਦੱਸੋ। ਪੁੱਛੋ ਜੀ। ਤੁਹਾਨੂੰ ਸਾਡੀ ਯਾਦ ਆਉਂਦੀ ਹੁੰਦੀ ਆ ਕਿ ਨਹੀਂ? ਥੋੜ੍ਹੀ ਥੋੜ੍ਹੀ ਆਉਂਦੀ ਹੈ ਜੀ। ਅੱਛਾ, ਥੋੜ੍ਹੀ ਥੋੜ੍ਹੀ ਆਉਂਦੀ ਹੈ, ਕਿਤੇ ਸਾਡੇ ਨਾਲੋਂ ਵੱਧ ਕਿਸੇ ਹੋਰ ਦੀ ਯਾਦ ਤਾਂ ਨਹੀਂ ਆਉਣ ਲੱਗ ਗਈ? ਦਿਲ 'ਤੇ ਕਬਜ਼ਾ ਤਾਂ ਤੁਸੀਂ ਕਰੀ ਬੈਠੇ ਹੋ, ਕਿਸੇ ਹੋਰ ਦੀ ਯਾਦ ਕਿਵੇਂ ਆਜੂਗੀ ਜੀ? ਦਿਲ 'ਤੇ ਕਬਜ਼ਾ ਤਾਂ ਤੁਸੀਂ ਕਰੀ ਬੈਠੇ ਹੋ, ਹੁਣ ਤਾਂ ਬਸ ਤੁਹਾਡੇ ਨਾਮ ਪਿੱਛੇ ਮੇਰਾ ਨਾਮ ਲਾਉਣਾ ਬਾਕੀ ਹੈ। ਕਰੀਏ ਫਿਰ ਘਰ ਵਿਆਹ ਦੀ ਗੱਲ? ਮੈਂ ਤਾਂ ਕਹਿੰਦੀ ਹਾਂ ਜੀ, ਇੱਕ ਵਾਰ ਨੌਕਰੀ ਮਿਲ ਜੇ ਫਿਰ ਆਪਾਂ ਵਿਆਹ ਕਰਵਾ ਲਵਾਂਗੇ। ਉਹ ਜੇ ਨੌਕਰੀ ਦੀ ਉਡੀਕ 'ਚ ਬੈਠੇ ਰਹੇ ਨਾ ਤਾਂ ਪਤਾ ਨਹੀਂ ਕਿੰਨੇ ਕੁ ਸਾਲ ਲੰਘ ਜਾਣਗੇ। ਚੱਲ ਮੈਂ ਤਾਂ ਆਪਦੇ ਘਰਦਿਆਂ ਨੂੰ ਰੋਕ ਲੂੰਗਾ, ਤੇਰੇ ਘਰਦੇ ਕਿਵੇਂ ਰੁਕਣਗੇ? ਤੂੰ ਅੱਜ ਹੀ ਕਰ ਘਰੇ ਗੱਲ। ਚਲੋ ਠੀਕ ਆ ਜੀ, ਫਿਰ ਮੈਂ ਕਰਦੀ ਹਾਂ ਘਰੇ ਗੱਲ। ਹੋਰ ਬਾਈ, ਫਿਰ ਕਦੋਂ ਖਵਾ ਰਿਹਾ ਮੈਂ ਦੇ ਲੱਡੂ? ਉਹ ਬਾਈ, ਮੈਂ ਤਾਂ ਕਦੋਂ ਦਾ ਹਲਵਾਈ ਬੁੱਕ ਕਰੀ ਬੈਠਾ, ਥੋੜੀ ਭਰਜਾਈ ਨਹੀਂ ਮੰਨਦੀ। ਬਾਈ ਡੀਜੇ ਤਾਂ ਮੈਂ ਕਰਾ ਦੂੰਗਾ ਬੁੱਕ। ਅੱਛਾ, ਡੀਜੇ ਤਾਂ ਫਿਰ ਆਪਦੇ ਵੱਲੋਂ ਬੁੱਕ ਕਰਾ ਦੇਗਾ? ਵਾਹ ਓਏ ਬਾਈ,
ਫੁੱਲਾਂ ਦੀ ਘਰ 'ਚ ਤੂੰ ਬਹਿ ਕੇ ਜਾਵੇਂ, ਰਿਸ਼ਤੇਦਾਰ ਸਾਰੇ ਤੇਰੇ ਆਲੇ ਦੁਆਲੇ ਘੁੰਮਣ, ਫੋਟੋਗ੍ਰਾਫਰ ਤੇਰੀਆਂ ਫੋਟੋਆਂ ਖਿੱਚੂ, ਅਤੇ ਡੀ ਜੇ ਮੈਂ ਕਰਾ ਦਾ, ਇੰਨੀ ਕੰਜੂਸੀ ਨਹੀਂ ਚੱਲਦੀ। ਹਾਂ ਬਾਈ, ਨਾਲੇ ਅਸੀਂ ਤਾਂ ਪੂਰਾ ਹਫ਼ਤਾ ਡੀ ਜੇ ਲਾਵਾਂਗੇ। ਉਹ ਹਫ਼ਤੇ ਨੂੰ ਤਾਂ ਕੀ ਹੈ, ਦੋ ਤਿੰਨ ਦਿਨ ਬਹੁਤ ਹੈ। ਦੋ ਦੋ ਦਿਨ ਨਹੀਂ ਬਾਈ, ਪੂਰਾ ਹਫ਼ਤੇ ਹੀ ਖੱਪ ਪਾਵਾਂਗੇ ਹੁਣ ਤਾਂ। ਉਹ ਚੰਗਾ, ਹਫ਼ਤਾ ਪਾ ਲਿਓ, ਨਾਲੇ ਕਹੇ ਤਾਂ ਤੁਸੀਂ ਕਿਹੜਾ ਹਟਣਾ ਹੈਗਾ। ਉਹ ਬਾਈ, ਉਹ ਜਾ ਰੇ ਕਾਹਦਾ ਜਿਹੜਾ ਕਹੇ ਤੋਂ ਹਟ ਜੇ। ਸਹੀ ਗੱਲ ਹੈ। ਹੈਲੋ ਸਿਮਰਨ, ਮੈਂ ਤਾਂ ਆਪਦੇ ਘਰਦਿਆਂ ਨੂੰ ਮਨਾ ਲਿਆ, ਤੇਰੇ ਘਰਦੇ ਕੀ ਕਹਿੰਦੇ? ਮੇਰੇ ਤਾਂ ਘਰਦੇ ਜੀ। ਤੇਰੇ ਘਰਦੇ ਕੀ ਸਿਮਰਨ, ਤੂੰ ਆਪਣੇ ਘਰੇ ਆਪਣੇ ਦੋਵਾਂ ਬਾਰੇ ਗੱਲ ਨਹੀਂ ਕੀਤੀ? ਗੱਲ ਤਾਂ ਕਰਨੀ ਸੀ ਪਰ। ਪਰ ਕੀ ਯਾਰ, ਬੁਝਾਰਤਾਂ ਜਾਂ ਕਿਉਂ ਪਾ ਰਹੀ ਹੈ, ਤੂੰ ਸਾਫ਼ ਸਾਫ਼ ਦੱਸ ਗੱਲ ਕੀ ਹੈ। ਗੱਲ ਤਾਂ ਇਹ ਹੈ ਜੀ, ਮੈਂ ਆਪਣੇ ਪੇਪਰਾਂ ਤੋਂ ਬਾਅਦ ਮੈਂ ਆਪਣੀ ਭੂਆ ਕੋਲ ਗਈ ਸੀ। ਤੂੰ ਬੈਠ, ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਂਦੀ। ਪੁੱਤ ਤੂੰ 10 ਮਿੰਟ ਆਰਾਮ ਕਰ, ਤੇ ਮੈਂ 4 ਕੱਪੜੇ ਆ ਉਹ ਧੋਇਆ ਨੂੰ। ਕੱਪੜੇ ਤਾਂ ਮੈਂ ਧੋ ਦਿੰਦੀ ਹਾਂ ਭੂਆ ਜੀ। ਲੈ ਪੁੱਤ, ਤੂੰ ਤਾਂ ਮੈਨੂੰ ਮਿਲਣ ਆਈ ਹੈ, ਤੇ ਤੂੰ ਕੱਪੜੇ ਥੋੜ੍ਹੀ ਧਵਾਉਣੇ ਨੇ। ਕੋਈ ਨਾ ਭੂਆ ਜੀ, ਘਰੇ ਵੀ ਤਾਂ ਮੈਂ ਸਾਰੇ ਕੰਮ ਕਰਦੀ ਹਾਂ, ਇੱਥੇ ਕਰ ਦੂੰਗੀ ਫਿਰ ਕੀ ਹੋ ਜੂਗਾ। ਚੱਲ ਚੰਗਾ ਪੁੱਤ, ਸ਼ਾਬਾਸ਼। ਗੇਟ ਕੋਲ ਪਈ ਹੋ ਪੁੱਤ, ਦੇਖ ਲਾ ਉੱਠ ਕੇ। ਠੀਕ ਹੈ ਚਾਚੀ, ਮੈਂ ਦੇਖਦਾ। ਹਾਂ ਦੇਖ। ਮਿਲ ਗਈ ਪੁੱਤ? ਚੰਗਾ ਪੁੱਤ, ਜੀ ਆਈ ਨੂੰ ਆਉਂਦੇ ਜਾਂਦੇ ਰਿਹਾ ਕਰੋ, ਸਾਕ ਸੰਬੰਧੀ ਆਉਂਦੇ ਜਾਂਦੇ ਰਹਿਣ ਨਾ, ਪਿਆਰ ਵੱਧ। ਹਾਂ ਜ਼ਰੂਰ ਗੇੜਾ ਮਾਰੀ। ਹਾਂਜੀ ਭੂਆ ਜੀ, ਫੇਰ ਆਊਂਗੀ ਮੈਂ। ਹਾਂ ਜ਼ਰੂਰ ਆਈ ਪੁੱਤ। ਲੈ ਆ ਜਾਂਦਾ ਕੀਰਤ ਵੀ। ਵੇ ਕੀਰਤ, ਉਰੇ ਆ ਪੁੱਤ। ਆ ਗਿਆ ਚਾਚੀ, ਆ ਗਿਆ। ਪੁੱਤ ਤੂੰ ਐਂ ਕਰ,
ਸਿਮਰਨ ਨੂੰ ਅੱਡੇ ਤਾਈਂ ਛੱਡ ਕੇ ਆ ਆਦੇ ਮੋਟਰਸਾਈਕਲ ਤੇ। ਕੋਈ ਗੱਲ ਨਹੀਂ ਭੂਆ ਜੀ, ਮੈਂ ਆਪੇ ਚਲੇ ਜਾਊਂਗੀ, ਇਹਨਾਂ ਨੂੰ ਕਿਉਂ ਪਰੇਸ਼ਾਨ ਕਰਨਾ ਆ। ਕੋਈ ਗੱਲ ਨਹੀਂ ਜੀ, ਪਰੇਸ਼ਾਨੀ ਵਾਲੀ ਕਿਹੜੀ ਗੱਲ ਐ ਇਸ 'ਚ, ਤੁਸੀਂ ਬੈਠੋ ਮੇਰੇ ਨਾਲ, ਮੈਂ ਤੁਹਾਨੂੰ 2 ਮਿੰਟ 'ਚ ਛੱਡ ਆਉਂਗਾ। ਚੱਲ ਚੰਗਾ ਪੁੱਤ, ਜਾ ਤੂੰ ਲੇਟ ਨਾ ਹੋ। ਠੀਕ ਹੈ ਭੂਆ। ਚੰਗਾ। ਬੱਸ ਅੱਡਾ ਤਾਂ ਸਾਹਮਣੇ ਵਾਲੀ ਗਲੀ ਤੋਂ ਨੇੜੇ ਪੈਂਦਾ ਹੈ ਜੀ। ਤੁਸੀਂ ਮੋਟਰਸਾਈਕਲ ਦੂਰ ਵਾਲੀ ਗਲੀ ਵੱਲ ਕਿਉਂ ਪਾ ਲਿਆ? ਜ਼ਿਆਦਾ ਟਾਈਮ ਹੀ ਤਾਂ ਲਾਉਣਾ ਹੈ ਜੀ। ਕੀ? ਉਹ ਗਲੀ ਦੀ ਤਾਂ ਪੁਲੀ ਟੁੱਟੀ ਹੋਈ ਆ, ਤਾਂ ਕਰਕੇ ਇੱਧਰ ਦੀ ਮੋਟਰਸਾਈਕਲ ਕੀਤਾ। ਅੱਛਾ ਜੀ। ਹਾਂਜੀ। ਥੈਂਕ ਯੂ। ਵੈਲਕਮ ਜੀ, ਜਾ ਕੇ ਫੋਨ ਕਰ ਦਿਓ। ਕੀ? ਓ ਮੇਰਾ ਮਤਲਬ ਇਹ ਸੀਗਾ ਕਿ ਪਿੰਡ ਜਾ ਕੇ ਆਪਣੀ ਭੂਆ ਜੀ ਨੂੰ ਫੋਨ ਕਰ ਦਿਓ ਕਿ ਤੁਸੀਂ ਠੀਕ ਠਾਕ ਪਹੁੰਚ ਗਏ। ਠੀਕ ਹੈ ਜੀ। ਠੀਕ ਹੈ ਜੀ, ਓਕੇ ਬਾਏ। ਚਾਚੀ ਮੈਂ ਛੱਡਿਆ ਸਿਮਰਨ ਨੂੰ ਬੱਸ ਅੱਡੇ। ਚਲ ਵਧੀਆ, ਧੰਨਵਾਦ। ਤੂੰ ਬੈਠ, ਮੈਂ ਚਾਹ ਬਣਾਉਂਦੀ ਹਾਂ। ਉਹ ਨਾ ਨਾ ਚਾਚੀ, ਚਾਹ ਨਹੀਂ ਮੈਂ ਪੀਂਦਾ, ਤੂੰ ਬੈਠ, ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਅੱਛਾ ਪੁੱਤ, ਕੀ ਗੱਲ ਕਰਨੀ ਹੈ ਦੱਸ। ਚਾਚੀ ਸਿਮਰਨ ਦੀ ਪੜ੍ਹਾਈ ਤਾਂ ਪੂਰੀ ਹੋ ਗਈ ਹੋਣੀ ਹੈ। ਹਾਂ ਪੁੱਤ, ਹੁਣੀ ਪੇਪਰ ਦੇ ਕੇ ਹਟੀ ਹੈ, ਪੜ੍ਹਾਈ ਪੂਰੀ ਹੋ ਗਈ ਇਹਦੀ। ਪੁੱਤ ਪੜ੍ਹਾਈ 'ਚ ਬਹੁਤ ਹੁਸ਼ਿਆਰ ਹੈ, ਦੇਖਦੇ ਹਾਂ ਕੋਈ ਵਧੀਆ ਜਿਹੀ ਨੌਕਰੀ ਮਿਲ ਜੇ। ਹਾਂ ਚਾਚੀ, ਨੌਕਰੀ ਮਿਲ ਗਈ ਤਾਂ ਮਿਹਨਤ ਪੱਲੇ ਪੈ ਜੂ। ਚਾਚੀ ਮੈਂ ਇੱਕ ਜ਼ਰੂਰੀ ਗੱਲ ਕਰਨੀ ਸੀ ਤੇਰੇ ਨਾਲ। ਹਾਂ ਪੁੱਤ ਦੱਸ। ਦੇਖ ਚਾਚੀ, ਤੈਨੂੰ ਵੀ ਪਤਾ ਹੈ ਮੈਨੂੰ ਵੀ ਨੌਕਰੀ ਮਿਲ ਗਈ ਅਤੇ ਨਾਲੇ ਸਿਮਰਨ ਦਾ ਕੋਰਸ ਪੂਰਾ ਹੋ ਗਿਆ। ਤੂੰ ਸਿਮਰਨ ਦੇ ਮੰਮੀ ਡੈਡੀ ਨਾਲ ਗੱਲ ਕਰਕੇ ਮੇਰੇ ਨਾਲ ਉਹਦਾ ਵਿਆਹ ਕਰਵਾ ਦੇ, ਨਾਲੇ ਤੈਨੂੰ ਇੱਥੇ ਵਿਆਹ ਹੋ ਗਿਆ, ਤੈਨੂੰ ਵੀ ਸੁੱਖ ਮਿਲ ਜੂਗਾ, ਨਾਲੇ ਸਾਡੀ ਮੰਗ ਵੀ ਕੋਈ ਨਹੀਂ ਹੈਗੀ। ਕੋਈ ਨਾ ਪੁੱਤ, ਮੈਂ ਕਰੂੰਗੀ ਗੱਲ ਸਿਮਰਨ ਦੀ ਮੰਮੀ ਨਾਲ। ਚੱਲ ਚੰਗਾ ਚਾਚੀ, ਫਿਰ ਮੈਂ ਚੱਲਦਾ ਹੈਂ। ਚੰਗਾ ਪੁੱਤ। ਗੱਲ ਤਾਂ ਠੀਕ ਹੈ, ਕੀਰਤ ਵੀ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ, ਪਰਿਵਾਰ ਵੀ ਸਾਰਾ ਵਧੀਆ ਅਤੇ ਮੰਗ ਵੀ ਕੋਈ ਨਹੀਂ। ਮੈਂ ਕੱਲ੍ਹ ਨੂੰ ਹੀ ਜਾ ਕੇ ਭਰਜਾਈ ਨਾਲ ਕਰਦੀ ਹਾਂ ਗੱਲ। ਉਸ ਦਿਨ ਜਦੋਂ ਮੈਂ ਤੁਹਾਡੇ ਕੋਲੋਂ ਆਈ ਸੀ ਨਾ ਆਪਣੇ ਘਰ, ਤਾਂ ਮੇਰੇ ਮੰਮਾ ਭੂਆ ਨਾਲ ਮੇਰੇ ਰਿਸ਼ਤੇ ਦੀ ਗੱਲ ਕਰੀ ਜਾਂਦੇ ਸੀਗੇ। ਦੇਖ ਸਿਮਰਨ, ਮੈਂ ਤੈਨੂੰ ਇੱਕ ਗੱਲ ਸਾਫ਼ ਸਾਫ਼ ਦੱਸਦਾ, ਤੂੰ ਤਾਂ ਕਿਸੇ ਹੋਰ ਨਾਲ ਵਿਆਹ ਕਰਵਾ ਲੇਂਗੀ, ਪਰ ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਵਾਉਣਾ। ਮੈਂ ਵੀ ਤੁਹਾਡੇ ਨਾਲ ਹੀ ਵਿਆਹ ਕਰਵਾਉਣਾ ਹੈ ਜੀ। ਫਿਰ ਜਿਵੇਂ ਮਰਜ਼ੀ ਕਰ, ਤੂੰ ਆਪਣੀ ਮੰਮੀ ਨੂੰ ਮਨਾ। ਸਲਾਹ ਕਰਕੇ ਦੱਸਾਂਗੇ ਪੁੱਤ, ਆਪਾਂ ਦੁਬਾਰੇ ਫੇਰ ਪੁੱਛ ਲੈਂਦੇ ਹਾਂ, ਤੇ ਉਹ ਡੈਡੀ ਦਾ ਖੇਤ ਗਿਆ ਹੋਣਾ, ਤੂੰ ਐਂ ਕਰ ਆ ਸਿਮਰਨ ਦਾ ਨੰਬਰ ਲਾ ਕੇ ਦੇ। ਹੈਲੋ ਸਿਮਰਨ ਪੁੱਤ। ਹਾਂਜੀ ਭੂਆ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਹੋਰ ਠੀਕ ਹੋ? ਹਾਂਜੀ ਠੀਕ ਹਾਂ, ਤੁਸੀਂ ਦੱਸੋ? ਅਸੀਂ ਵੀ ਠੀਕ ਹਾਂ ਪੁੱਤ। ਮੈਨੂੰ ਤੂੰ ਐਂ ਦੱਸ, ਤੇਰਾ ਰਿਜ਼ਲਟ ਆ ਗਿਆ? ਨਾ ਜੀ, ਹਜੇ ਆਏ ਨਹੀਂ ਹੈਗੇ। ਅੱਛਾ ਪੁੱਤ, ਚੱਲ ਐਂ ਕਰ ਤੇਰੀ ਮੰਮੀ ਨਾਲ ਗੱਲ ਕਰਾ ਤੁਮਰੀ। ਨਾ ਭੂਆ ਜੀ, ਮੰਮਾ ਘਰ ਨਹੀਂ ਹੈਗੇ। ਪੁੱਤ ਤੇਰੀ ਮੰਮੀ ਕਿੱਥੇ ਗਈ ਹੈ? ਉਹ ਤਾਂ ਜੀ ਕਿਤੇ ਜ਼ਰੂਰੀ ਕੰਮ ਗਏ ਨੇ, ਉਹਨਾਂ ਨੂੰ ਟਾਈਮ ਲੱਗੂ ਹਜੇ ਆਉਣ ਨੂੰ। ਪੁੱਤ ਜੇ ਤੇਰੀ ਮੰਮੀ ਆ ਗਈ, ਮੇਰੀ ਗੱਲ ਕਰਾ ਦੀ। ਚੰਗਾ ਜੀ। ਪੁੱਤ ਉਹਦੀ ਮੰਮੀ ਤਾਂ ਕਿਤੇ ਕੰਮ ਗਈ ਹੈ ਪਿੰਡ 'ਚ, ਅਤੇ ਮੈਂ ਫੇਰ ਗੱਲ ਕਰੂੰਗੀ, ਅਤੇ ਤੂੰ ਬੈਠ ਪੁੱਤ, ਅਤੇ ਮੈਂ ਚਾਹ ਬਣਾ ਕੇ ਲਿਆਉਣੀ ਤੇਰੇ ਵਾਸਤੇ। ਠੀਕ ਹੈ ਚਾਚੀ। Thank you.
हेलो, सत श्री अकाल जी। सत श्री अकाल जी, कौन? मैं कीरत बोल रहा जी, पटाल वाला। हो ठीक हो तुसी? हाँ जी, बोलो। किमें ढिले जे बोल रहे हो, सब ठीक ता है? हाँ जी, मैं ठीक हाँ, पर थोड़ा जहा सिर दर्द करी जा रहा। अच्छा जी, चलो तुसी आराम कर लो, आप फ्री होके गल करते हैं। भूआ ते कीरत तो वाली काली करी आंदे ने, मैनू मम्मी नाल गल करनी ही पैनी है। जे एक बार पक ठक होगी तो जवाब देना औखा हो जू। भाई ब्याह दे कार्ड तो फिर आप गुरविंदर तो छपा लेंगे। भाई ब्याह दे कार्ड तो छप गए। हैं? छप भी गए? वो साडा नाम पुआता दी विच है भी, मुंडे दे पक्के आड़ी ने यूवी ते भी वेख। ओ भाई मेरा अपना नाम नहीं पिया कार्ड च, सोडा कित्थों पवा दिंदा? हैं? तेरा नाम नहीं पिया, होर किहदा पै गया? अच्छा, सिमरन की भूआ का गवांडी अख रखी बैठा पर भाभी ते कोई नहीं, कर दें जाके गल उहदे नाल आपां। नहीं, सिमरन ने पहला ऐ कहा वो अपनी मम्मी नाल गल करूगी। भाई जे कीर्त ने अपनी भूआ तो जोर पवा के हाँ करा ली फिर भाई उन्हें तो हुण सीधे मत्थी टक्करना पऊ। ओ कोई ना, जे लोड़ पई तो आपां नूं प्यार नाल सारी गल समझा दांगे। प्यार नाल कोई नहीं समझदा भाई, थोड़ा मोटा दबका तो चलाना पऊ। हाँ भाई, इन्नी छेती नहीं मानता वो, अगला सरकारी नौकरी वाला पक्का पेंचर लई बैठा है। वो तेरे को हाले कोर्स वाली डिग्री भी नहीं आई, वो चल जू भी। वो मेरी गल तो सुनो, जस मेरा जवाब उड़ीकता होगा, मैं उन्हें दस दवा कि मैं अपनी मम्मा नाल अपने बारे गल की सी, पर मम्मा कहते भूआ नाल गल करके दस दी। लगता गुस्से हो गया, दो तीन बारी फोन करन ते भी नहीं चुक रहा, नहीं तो पहला एक बिल भी नहीं बचा देंदा सीगा, पहले हैलो कह देंदा सीगा। वधिया भाई, मैं तुहानू पछाणिया नहीं। भाई जान पछाण दा तू किसे होर नाल करी बैठे है, सानू कित्थे पछाणेगा? की मतलब आ? मैं कुछ समझिया नहीं। ओए, आज तो तुम समझाने वास्ते ही हैं। भाई तुसी गल तो दसो की आ? गल तो ये है, जेड़ी कुड़ी सिमरन नाल तू ब्याह कराना चाहना, वो साडे दोस्त जस नाल ब्याह कराना चाहुंदी आ। जस? जस कौन आ? जस, जस जो भी होया मुकदी गल ये है कि तू सिमरन नाल ब्याह नहीं कराएगा। पर भाई मैं उसनु पसंद करदा। कोई ना, पसंद करना तेनू हटा दाने आ। तैयार है तो मैं पिछे हट जूंगा, क्योंकि भाई मैं उस नाल प्यार नाल ब्याह कराउणागा, जबरदस्ती नाल नहीं। चल ठीक है भाई, चंगा सी, चलते हैं। चलो भाई।
ਲੈ ਓਏ ਮਿੱਤਰਾ ਤੇਰੇ ਵਿਆਹ ਵਾਲੇ ਵੱਜ ਤਾਂ ਵੱਜ ਗਏ ਵੱਜ ਤਾਂ ਵੱਜਣ ਹੀ ਵਾਲੇ ਆ ਪਹਿਲਾਂ ਤੁਸੀਂ ਨੱਚਣਾ ਤਾਂ ਸਿੱਖ ਲਓ ਮਤਲਬ ਇਹ ਕਿ ਕੀਰਤ ਨੇ ਨਾ ਕਰ ਦਿੱਤੀ ਉਹ ਲੱਗਦਾ ਸਾਡਾ ਉੱਥੇ ਗਿਆ ਦਾ ਗੁੱਸਾ ਕਰ ਗਿਆ ਉਹ ਨਹੀਂ ਗੁੱਸੇ ਨਾਲ ਨਹੀਂ ਉਹਨੇ ਆਪਣੀ ਖੁਸ਼ੀ ਨਾਲ ਨਾ ਕੀਤੀ ਆ ਹੈਂ ਕਮਾਲ ਦਾ ਬੰਦਾ ਜਿਹੜਾ ਖੁਸ਼ੀ ਨਾਲੇ ਨਾ ਕਰ ਗਿਆ ਖੁਸ਼ੀ ਨਾਲ ਤਾਂ ਉੱਤੋਂ ਨਾ ਕਰਦਾ ਹੋ ਬਾਈ ਲੱਗਦਾ ਆਪਣਾ ਦਬਕਾ ਕੰਮ ਕਰ ਗਿਆ ਤੁਹਾਡੇ ਦਬਕਿਆਂ ਤੋਂ ਨਹੀਂ ਡਰਦਾ ਜੱਟ ਉਹ ਤਾਂ ਜਸ ਦਾ ਪਿਆਰ ਦੇ ਕੇ ਪਿੱਛੇ ਹਟ ਗਿਆ ਤੂੰ ਫਿਰ ਬੁਝਾਰਤਾਂ ਪਾਉਣ ਲੱਗ ਗਈ ਗੱਲ ਤਾਂ ਦੱਸ ਕੀ ਹੋਈ ਆ ਗੱਲ ਤਾਂ ਇਹ ਹੋਈ ਆ ਮੈਨੂੰ ਕੀਰਤ ਦਾ ਫੋਨ ਆਇਆ ਸੀ ਹੈਲੋ ਸਿਮਰਨ ਜੀ ਮੈਂ ਤੁਹਾਡੇ ਤੇ ਜੱਸ ਬਾਰੇ ਗੱਲ ਕਰਨੀ ਆ ਜੱਸ ਬਾਰੇ ਘਬਰਾਓ ਨਾ ਮੈਨੂੰ ਜੱਸ ਨੇ ਸਭ ਕੁਝ ਦੱਸਤਾ ਮੈਂ ਇੱਕ ਗੱਲ ਨੋਟ ਕੀਤੀ ਆ ਕੀ ਮੈਂ ਜੱਸ ਦੀਆਂ ਅੱਖਾਂ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਪਿਆਰ ਦੇਖਿਆ ਕਦੇ ਤਾਂ ਉਹ ਆਪਣੇ ਦੋਸਤਾਂ ਨਾਲ ਗੁੱਸੇ ਹੋ ਕੇ ਮੇਰੇ ਨਾਲ ਉਹਨਾਂ ਨੂੰ ਲੜਨ ਤੋਂ ਰੋਕਦਾ ਸੀ ਕਦੇ ਮੈਨੂੰ ਬੜੇ ਹੀ ਪਿਆਰ ਨਾਲ ਤੁਹਾਡੇ ਦੋਵਾਂ ਦੇ ਗੂੜੇ ਪਿਆਰ ਬਾਰੇ ਦੱਸਦਾ ਸੀ ਤੈਨੂੰ ਪਤਾ ਉਹ ਜਾਣ ਲੱਗੇ ਕੀ ਕਹਿੰਦਾ ਸੀ ਸਿਮਰਨ ਕੀ ਕਹਿੰਦਾ ਜੀ ਉਹ ਕਹਿੰਦਾ ਮੈਂ ਸਿਮਰਨ ਨਾਲ ਪਿਆਰ ਨਾਲ ਵਿਆਹ ਕਰਾਉਣਾ ਜ਼ੋਰ ਜ਼ਬਰਦਸਤੀ ਨਾਲ ਨਹੀਂ ਉਹ ਕਹਿੰਦਾ ਵੀ ਜੇ ਤੁਸੀਂ ਧੱਕੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੇ ਤਾਂ ਮੈਂ ਵੀ ਉਸ ਨਾਲ ਧੱਕਾ ਨਹੀਂ ਕਰਦਾ ਜੇ ਮੈਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਤੁਸੀਂ ਦੋਵੇਂ ਇੱਕ ਦੂਜੇ ਨੂੰ ਇੰਨਾ ਪਿਆਰ ਕਰਦੇ ਹੋ ਮੈਂ ਆਪਣੇ ਰਿਸ਼ਤੇ ਬਾਰੇ ਕਦੇ ਗੱਲ ਨਾ ਕਰਦਾ ਅਤੇ ਹੁਣ ਤੁਸੀਂ ਜੱਸ ਨਾਲ ਹੀ ਵਿਆਹ ਕਰਵਾਓ ਅਤੇ ਹਮੇਸ਼ਾ ਖੁਸ਼ ਰਹੋ ਉਹ ਤਾਂ ਬੜਾ ਸਿਆਣਾ ਨਿਕਲਿਆ ਬਾਈ ਫਿਰ ਹੋਰ ਯਾਰ ਤੁਸੀਂ ਉਹਨੂੰ ਐਵੇਂ ਵਿਚਾਰੇ ਨੂੰ ਕੁੱਟਣ ਲੱਗੇ ਸੀ ਉਹ ਬਾਈ ਹੋਰ ਯਾਰ ਗਲਤੀ ਹੋ ਗਈ ਸੀ ਉਹ ਨੇੜੇ ਆ ਜਾਓ ਉਹ ਥੋੜ੍ਹਾ ਜਿਹਾ ਹੋਰ ਆ ਜਾਓ ਓਏ ਆ ਜਾਓ ਯਾਰ ਬਾਈ ਹਰੇਕ ਕੰਮ ਧੱਕੇ ਮੁੱਕੇ ਨਾਲ ਨਹੀਂ ਹੁੰਦਾ ਕਈ ਕੰਮ ਪਿਆਰ ਨਾਲ ਵੀ ਹੋ ਜਾਂਦੇ ਨੇ ਸਿਮਰਨ ਜੀ ਤੁਹਾਡੀ ਕੋਈ ਛੋਟੀ ਭੈਣ ਜਾਂ ਚਾਚੇ ਦਾਦੀ ਕੁੜੀ ਹੈਗੀ ਹੈ ਕਿਉਂ ਉਹਦਾ ਕੀਰਤ ਨੂੰ ਸਾਕ ਕਰਾ ਦਿੰਦੇ ਉਹਨੂੰ ਰਿਸ਼ਤਿਆਂ ਦਾ ਕੀ ਘਾਟਾ ਅਗਲਾ ਸਰਕਾਰੀ ਨੌਕਰੀ 'ਤੇ ਲੱਗਿਆ ਹੋਇਆ ਮੈਂ ਤਾਂ ਆਪਦੇ ਬਾਰੇ ਪੁੱਛਦਾ ਸੀ ਕੋਈ ਨਾ ਕਰਾ ਦਾਂਗੇ ਕਰਾ ਦੇ ਸਿਮਰਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਆਪਣਾ ਫੇਸਬੁੱਕ ਅਤੇ ਇੰਸਟਾ ਪੇਜ ਵੀ ਹੈਗਾ ਉੱਥੇ ਜਾ ਕੇ ਆਪਾਂ ਨੂੰ ਫੋਲੋ ਕਰੋ ਅਤੇ ਜੇ ਕਿਸੇ ਫੀਮੇਲ ਐਕਟਰ ਨੇ ਸਾਡੇ ਨਾਲ ਕੰਮ ਕਰਨਾ ਹੋਵੇ ਤਾਂ ਥੱਲੇ ਦਿੱਤੇ ਗਏ ਨੰਬਰਾਂ 'ਤੇ ਕੰਟੈਕਟ ਕਰੋ ਓਕੇ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ